ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਧ ਸੰਗਤ ਜੀ ਨੂੰ ਇੱਕ ਸਾਖੀ ਦੱਸਣ ਜਾ ਰਹੇ ਹਾਂ ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਕਿ ਸੱਚੇ ਮਨ ਦੇ ਨਾਲ ਭਗਤੀ ਕੀਤੀ ਅਤੇ ਗੁਰੂ ਦੇ ਉਪਦੇਸ਼ ਉੱਤੇ ਚੱਲਣ ਦੇ ਨਾਲ ਪ੍ਰਮਾਤਮਾ ਪ੍ਰਾਪਤ ਹੋ ਸਕਦੇ ਹਨ ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰੂ ਦੀ ਮਹਿਮਾ ਕਿੰਨੀ ਅਪਰਾ ਅੰਪਾਰ ਹੈ ਇਸ ਸਾਖੀ ਵਿੱਚ ਦੱਸੀ ਗਈ ਸਾਖੀ ਇਸ ਦਾ ਇਹ ਮਤਲਬ ਨਹੀਂ ਕਿ ਗੁਰੂ ਕੋਈ ਠੱਗ ਹੀ ਤਾਂਨਾ ਚਾਹੀਦਾ ਹੈ ਪਰ ਇਸ ਸਾਖੀ ਵਿੱਚ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਜੇਕਰ ਸਾਨੂੰ ਆਪਣੇ ਪ੍ਰਭੂ ਉੱਤੇ ਪੂਰਨ ਵਿਸ਼ਵਾਸ ਹੈ ਤਾਂ ਉਸਤੀ ਸ਼ਕਤੀ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਮੋਕਸ਼ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਇੱਕ ਵਾਰ ਇੱਕ ਸੇਠ ਸੀ ਜੋ ਬਹੁਤ ਜ਼ਿਆਦਾ ਅਮੀਰ ਸੀ ਉਸਨੇ ਇੱਕ ਗੁਰੂ ਦਾ ਉਪਦੇਸ਼ ਸੁਣਿਆ ਜਿਸ ਉਪਦੇਸ਼ ਵਿੱਚ ਕਿਹਾ ਗਿਆ ਸੀ ਕਿ ਗੁਰੂ ਦੇ ਬਿਨਾ ਗਤੀ ਨਹੀਂ ਹੋ ਸਕਦੀ ਭਾਵ ਗੁਰੂ ਦੇ ਬਿਨਾ ਮੋਕਸ਼ ਦੀ ਪ੍ਰਾਪਤੀ ਨਹੀਂ ਹੋ ਸਕਦੀ ਉਸ ਦਿਨ ਤੋਂ ਬਾਅਦ ਉਸ ਸੇਠ ਦਾ ਮਨ ਸੰਸਾਰਿਕ ਕੰਮਾਂ ਤੋਂ ਛੁਕਿਆ ਗਿਆ ਅਤੇ ਹੁਣ ਉਸ ਦਾ ਮਨ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਿੱਚ ਲੱਗ ਗਿਆ ਕੁਝ ਦਿਨ ਬੀਤੇ ਉਸ ਨੇ ਆਪਣਾ ਸਾਰਾ ਧਨ ਆਪਣੇ ਪੁੱਤਰਾਂ ਵਿੱਚ ਵੰਡ ਦਿੱਤਾ ਅਤੇ ਕੁਝ ਹੀਰੇ ਪੰਨੇ ਆਪਣੇ ਕੋਲ ਰੱਖੇ ਉਸਨੇ ਸੋਚਿਆ ਕਿ ਜਦੋਂ ਮੈਂ ਗੁਰੂ ਤਾਰਨ ਕਰਾਂਗਾ ਤਾਂ ਇਹ ਹੀਰੇ ਗੁਰੂ ਨੂੰ ਦਿੱਤੇ ਜਾਣਗੇ ਇਹ ਸੋਚ ਕੇ ਉਹ ਗੁਰੂ ਤਾਰਨ ਕਰਨ ਵਾਸਤੇ ਜੰਗਲ ਵੱਲ ਤੁਰ ਪਿਆ ਇਸ ਗੱਲ ਦਾ ਜਦੋਂ ਇੱਕ ਠੱਗ ਨੂੰ ਪਤਾ ਲੱਗਾ ਕਿ ਇਹ सेठ ਗੁਰੂ ਤਾਰਨ ਕਰੇਗਾ ਅਤੇ ਉਸ ਨੂੰ ਪੰਨੇ ਦੇਵੇਗਾ ਇਹ ਸੋਚ ਕੇ ਉਹ ਠੱਗ ਜੋ ਕਿ ਪੰਨੇ ਲੈਣਾ ਚਾਹੁੰਦਾ ਸੀ ਉਸਨੇ ਇੱਕ ਸੰਨਿਆਸੀ ਦਾ ਰੂਪ ਧਾਰਨ ਕੀਤਾ ਅਤੇ ਸੰਨਿਆਸੀ ਦਾ ਰੂਪ ਧਾਰਨ ਕਰਕੇ ਉਹ सेठ ਦੇ ਨਾਲ ਰਲ ਗਿਆ ਉਸਨੇ ਬਹੁਤ ਜ਼ਿਆਦਾ ਗਹਿਰਾਈ ਵਾਲੀਆਂ ਗੱਲਾਂ ਕੀਤੀਆਂ ਪਰਮਾਤਮਾ ਦੇ ਨਾਲ ਸੰਬੰਧਿਤ सेठ ਉਸ ਦੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਠੱਗ ਜਿਸ ਨੇ ਸੰਨਿਆਸੀ ਦਾ ਰੂਪ ਧਾਰਨ ਕੀਤਾ ਹੋਇਆ ਸੀ ਉਸਨੇ ਬਹੁਤ ਅਧਿਆਤਮਿਕ ਗੱਲਾਂ ਕੀਤੀਆਂ ਜਿਸ ਤੋਂ ਸੀਠ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਠੱਗ ਨੇ ਕਿਹਾ ਕਿ ਮੈਂ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਗਾਉਂਦਾ ਇਹ ਸੰਸਾਰਿਕ ਚੀਜ਼ਾਂ ਹਨ ਜਿਵੇਂ ਕਿ ਸੋਨਾ ਚਾਂਦੀ ਹੀਰੇ ਜਵਾਹਰਾਤ ਕੁਝ ਸਮਾਪੀਤਿਆ ਸੀਠ ਉਸ ਦੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕਾ ਸੀ ਸੀਠ ਨੇ ਕਿਹਾ ਕਿ ਮੈਂ ਤੁਹਾਨੂੰ ਆਪਣਾ ਗੁਰੂ ਤਾਰਨ ਕਰਨਾ ਚਾਹੁੰਦਾ ਹਾਂ ਠੱਗ ਨੇ ਕਿਹਾ ਕਿ ਮੈਂ ਆਪਣਾ ਕੋਈ ਵੀ ਸਿਸ਼ੇ ਨਹੀਂ ਬਣਾਉਣਾ ਚਾਹੁੰਦਾ ਕਿਉਂਕਿ ਇਹ ਸੰਸਾਰਿਕ ਕੰਮਾਂ ਵਿੱਚ ਮੇਰੀ ਰੁਚੀ ਨਹੀਂ ਹੈ ਪਰ ਸੀਠ ਨੇ ਉਸਤੇ ਅੱਗੇ ਬਹੁਤ ਤਰਲੇ-ਮਿੰਤਾ ਕੀਤੀਆਂ ਫਿਰ ਜੋ ਸੰਿਆਸੀ ਠੱਗ ਬਣਿਆ ਹੋਇਆ ਸੀ ਉਸਨੇ ਕਿਹਾ ਕਿ ਚਲੋ ਠੀਕ ਹੈ ਮੈਨੂੰ ਕੋਈ ਦਕਸ਼ਨਾ ਦੇਵੋ ਅਤੇ ਮੈਂ ਤੁਹਾਨੂੰ ਨਾਮਦਾਨ ਦੇਵਾਂਗਾ। ਸੇਠ ਨੇ ਹੀਰੇ ਮੋਤੀ ਕੱਢੇ ਅਤੇ ਉਸਤੇ ਅੱਗੇ ਰੱਖ ਦਿੱਤੇ। ਸੇਠ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਜਦੋਂ ਮੈਂ ਗੁਰੂਤਾਰਨ ਕਰਾਂਗਾ ਇਹ ਹੀਰੇ ਉਸਤੇ ਅੱਗੇ ਰੱਖਾਂਗਾ। ਸੰਨਿਆਸੀ ਠੱਗ ਨੇ ਕਿਹਾ ਕਿ ਮੈਂ ਹੀਰੇ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹ ਸੰਸਾਰਿਕ ਚੀਜ਼ਾਂ ਹਨ। ਪਰ ਸੇਠ ਨੇ

ਠੱਗ ਸੰਿਆਸੀ ਨੇ ਸੇਠ ਨੂੰ ਕਿਹਾ ਕਿ ਤੂੰ ਇੱਥੇ ਸਮਾਦੀ ਲਾ ਕੇ ਬੈਠ ਜਿੰਨੀ ਦੇਰ ਮੈਂ ਵਾਪਸ ਨਹੀਂ ਆਉਂਦਾ ਤੂੰ ਸਮਾਦੀ ਨਹੀਂ ਖੋਲਣੀ ਸੇਠ ਮੰਨ ਗਿਆ ਸੇਠ ਨੇ ਅੱਖਾਂ ਬੰਦ ਕੀਤੀਆਂ ਸਮਾਦੀ ਵਿੱਚ ਬੈਠ ਗਿਆ ਅਤੇ ਸੰਿਆਸੀ ਠੱਗ ਉੱਥੋਂ ਚਲਾ ਗਿਆ ਕਿਉਂਕਿ ਉਸ ਨੂੰ ਤਾਂ ਹੀਰੇ ਮੋਤੀ ਹੀ ਚਾਹੀਦੇ ਸਨ ਜਦੋਂ 2-3 ਦਿਨ ਭੁੱਖਾ ਪਿਆਸਾ ਬਿਨਾਂ ਰੋਟੀ ਖਾਦੇ ਪੀਤੇ ਪਾਣੀ ਤੋਂ ਬਿਨਾਰ ਰਹਾ ਤਾਂ ਕਈ ਦਿਨ ਬੀਤੇ ਪਰਮਾਤਮਾ ਉਸਦੀ ਭਗਤੀ ਦੇਖ ਰਿਹਾ ਸੀ ਭਗਵਾਨ ਨੇ ਵਿਚਾਰਿਆ ਕਿ ਜੇਕਰ ਇਸ ਨੂੰ ਕੁਝ ਹੋ ਗਿਆ ਤਾਂ ਮੈਂ ਜ਼ਿੰਮੇਵਾਰ ਹੋਵਾਂਗਾ ਇਸ ਲਈ ਉਸ ਨੇ ਸੇਠ ਨੂੰ ਬਚਾਉਣ ਵਾਸਤੇ ਸੇਠ ਦੇ ਸਾਹਮਣੇ ਪ੍ਰਗਟ ਹੋ ਗਏ ਅਤੇ ਭਗਵਾਨ ਨੇ ਕਿਹਾ ਕਿ ਅੱਖਾਂ ਖੋਲੋ ਜਦੋਂ ਸੀਠ ਨੇ ਅੱਖਾਂ ਖੋਲੀਆਂ ਤਾਂ ਉਸ ਦੇ ਅੱਗੇ ਭਗਵਾਨ ਸਨ ਭਗਵਾਨ ਨੇ ਕਿਹਾ ਕਿ ਜੋ ਤੂੰ ਗੁਰੂ ਤਾਰਨ ਕੀਤਾ ਹੋਇਆ ਸੀ ਉਹ ਤਾਂ ਠੱਗ ਸੀ ਜੋ ਕੀ ਤੁਹਾਡੇ ਹੀਰੇ ਮੋਤੀ ਲੈ ਕੇ ਚਲਾ ਗਿਆ ਹੈ ਇਹ ਸੁਣ ਕੇ ਸੀਠ ਨੇ ਕਿਹਾ ਕਿ ਨਹੀਂ ਉਹ ਮੇਰਾ ਗੁਰੂ ਹੈ ਮੈਂ ਉਸ ਤੋਂ ਬਿਨਾ ਕੁਝ ਨਹੀਂ ਖਾਣਾ ਫਿਰ ਸੀਠ ਨੇ ਅੱਖਾਂ ਬੰਦ ਕਰ ਲਈਆਂ ਭਗਵਾਨ ਜੀ ਹੁਣ ਉਸ ਨੂੰ ਬਚਾਉਣਾ ਚਾਹੁੰਦੇ ਸਨ ਭਗਵਾਨ ਜੀ ਠੱਗ ਕੋਲ ਪਹੁੰਚ ਗਏ ਅਤੇ ਉਸ ਨੂੰ ਡਰਾਵਾ ਦਿੱਤਾ ਕਿ ਜੇਕਰ ਤੂੰ ਸੇਠ ਕੋਲ ਵਾਪਸ ਨਾ ਗਿਆ ਤਾਂ ਤੈਨੂੰ ਮਾਰ ਦਿੱਤਾ ਜਾਵੇਗਾ ਇਹ ਸੁਣ ਕੇ ਠੱਗ ਡਰ ਗਿਆ ਅਤੇ ਉਹ ਸੇਠ ਦੇ ਕੋਲ ਪਹੁੰਚ ਗਿਆ ਉਸ ਨੇ ਜਾ ਕੇ ਸੇਠ ਨੂੰ ਕਿਹਾ ਕਿ ਅੱਖਾਂ ਖੋਲੋ ਜਦੋਂ ਸੇਠ ਨੇ ਅੱਖਾਂ ਖੋਲੀਆਂ ਤਾਂ ਉਸ ਦੇ ਸਾਹਮਣੇ ਇੱਕ ਭਗਵਾਨ ਅਤੇ ਦੂਸਰਾ ਉਹ ਠੱਗ ਵਿਅਕਤੀ ਖੜੇ ਸਨ ਸੇਠ ਬਹੁਤ ਜ਼ਿਆਦਾ ਖੁਸ਼ ਹੋਇਆ ਸੇਠ ਨੇ ਸਭ ਤੋਂ ਪਹਿਲਾਂ ਠੱਗ ਸੰਨਿਆਸੀ ਨੂੰ ਮੱਥਾ ਟੇਕਿਆ ਅਤੇ ਬਾਅਦ ਵਿੱਚ ਭਗਵਾਨ ਨੂੰ ਮੱਥਾ ਟੇਕਿਆ ਭਗਵਾਨ ਜੀ ਨੇ ਕਿਹਾ ਕਿ ਤੂੰ ਪਹਿਲਾਂ ਠੱਗ ਨੂੰ ਮੱਥਾ ਕਿਉਂ ਟੇਕਿਆ ਹੈ ਸੇਠ ਨੇ ਕਿਹਾ ਕਿ ਇਹਨਾਂ ਦੀ ਕਿਰਪਾ ਦੇ ਨਾਲ ਹੀ ਤੁਸੀਂ ਮੈਨੂੰ ਪ੍ਰਾਪਤ ਹੋਏ ਹੋ ਭਗਵਾਨ ਹੁਣ ਬਹੁਤ ਜ਼ਿਆਦਾ ਖੁਸ਼ ਹੋਏ ਭਗਵਾਨ ਜੀ ਨੇ ਫਿਰ ਸੇਠ ਨੂੰ ਪਿਆ ਕਿ ਮੰਗੋ ਕੀ ਮੰਗਦੇ ਹੋ ਸੇਠ ਨੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਅਤੇ ਮੇਰੇ ਗੁਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਿਓ ਭਗਵਾਨ ਨੇ ਤਦਾਸ ਤੂ ਕਿਹਾ ਇਹ ਵਚਨ ਸੁਣ ਕੇ ਦੋਵੇਂ ਸਵਰਗ ਲੋਕ ਵਿੱਚ ਪਹੁੰਚ ਗਏ ਇਸ ਤਰ੍ਹਾਂ ਭਗਵਾਨ ਜੀ ਨੇ ਸੰਗਤਾਂ ਨੂੰ ਗੁਰੂ ਦੀ ਮਹੱਤਤਾ ਦੱਸੀ ਇਸ ਸਾਕੀ ਵਿੱਚ ਇਹ ਦੱਸਿਆ ਗਿਆ ਹੈ ਕਿ ਸੱਚੇ ਗੁਰੂ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਇਸ ਦਾ ਇਹ ਮਤਲਬ ਨਹੀਂ ਕਿ ਠੱਗ ਗੁਰੂ ਤਾਰਨ ਕਰਨਾ ਚਾਹੀਦਾ ਹੈ ਜੇਕਰ ਠੱਗ ਗੁਰੂ ਨੂੰ ਹੀ ਗਿਆਨ ਨਾ ਹੋਵੇ ਉਹ ਆਪਣੇ ਸਿੱਖ ਨੂੰ ਕੀ ਗਿਆਨ ਦੇਵੇਗਾ ਇਸ ਲਈ ਬਾਬਾ ਜੀ ਨੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਹੋਏ ਗੁਰੂ ਦੀ ਮਹੱਤਤਾ ਦੇ ਬਾਰੇ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ